ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਹ ਦੀਆਂ ਰਾਤਾਂ, ਇਹ ਜੋ ਲੇਖ ਛਾਪਿਆ ਸੀ ਇਹ ਇਸੇ ਮਹੀਨੇ ਦਸੰਬਰ ਮਹੀਨੇ ਦੀ ਗੁਰਮਤਿ ਪ੍ਰਕਾਸ਼ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਜਾਂਦਾ ਹੈ। ਇਹ ਜੋ ਲੇਖ ਲਿਖਿਆ ਇਹ ਸਤਿੰਦਰ ਸਿੰਘ ਫੁੱਲਪੁਰ ਜੀ ਨੇ ਲਿਖਿਆ ਹੈ। ਉਹ ਲਿਖਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਸਾਡੇ ਬਜ਼ੁਰਗ ਇਹਨਾਂ ਸ਼ਹਾਦਤਾਂ ਨੂੰ ਸਿਜਦਾ ਕਰਨ ਲਈ ਪੋਹ ਦੇ ਇਹਨਾਂ ਦਿਨਾਂ ਵਿੱਚ ਆਪਣੇ ਘਰਾਂ ਵਿੱਚ ਕੋਈ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦਾ ਸਮਾਗਮ ਨਹੀਂ ਰੱਖਦੇ ਸਨ। ਇਹ 7 ਰਾਤਾਂ ਉਹ ਮੰਜੇ ਉੱਪਰ ਨਹੀਂ ਸਨ ਸੌਂਦੇ, ਜ਼ਮੀਨ 'ਤੇ ਬਿਸਤਰਾ ਵਿਛਾ ਕੇ ਉੱਪਰ ਹਲਕਾ ਕੱਪੜਾ ਲੈ ਕੇ ਉਸ ਸਮੇਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਸਨ ਕਿ ਕਿਵੇਂ ਬਜ਼ੁਰਗ ਮਾਤਾ ਅਤੇ ਕਲਗੀਧਰ ਜੀ ਦੇ ਛੋਟੇ ਲਾਲਾ ਨੇ ਠੰਡੇ ਬੁਰਜ ਵਿੱਚ ਬਿਨਾਂ ਬਿਸਤਰੇ ਤੋਂ ਕਿੰਝ ਇਹ ਰਾਤਾਂ ਗੁਜ਼ਾਰੀਆਂ ਹੋਣਗੀਆਂ। ਪੌ ਮਹੀਨੇ ਦੀ ਸੀਤ ਲਹਿਰ ਨੇ ਬਜ਼ੁਰਗ ਮਾਤਾ ਜੀ ਦੇ ਹੱਡਾਂ ਨੂੰ ਕਿੰਨਾ ਕੁ ਚਿਰਿਆ ਹੋਵੇਗਾ। ਸਾਡੇ ਗੁਰੂ ਜੀ ਦੇ ਛੋਟੇ ਲਾਲਾ ਨੂੰ ਇਸ ਸੀਤ ਲਹਿਰ ਵਿੱਚ ਕਿੰਨੀਆਂ ਕੁ ਕੰਬਣੀਆਂ ਆਈਆਂ ਹੋਣਗੀਆਂ। ਮਸਲਾ ਕੋਈ ਇੱਕ ਰਾਤ ਦਾ ਤਾਂ ਨਹੀਂ ਸੀ, 7 ਰਾਤਾਂ ਸਨ। ਸਾਡੇ ਪੁਰਾਣੇ ਬਜ਼ੁਰਗਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੇ ਇਹ ਤਸ਼ੱਦਦ ਸਾਡੀ ਖਾਤਰ ਹੀ ਚੱਲੇ ਸਨ ਤਾਂ ਕਿ ਜ਼ੁਲਮ ਦੀਆਂ ਜੜ੍ਹਾਂ ਪੁੱਟੀਆਂ ਜਾਣ ਅਤੇ ਅਸੀਂ ਮਨੁੱਖਤਾ ਭਾਵ ਸਾਰਾ ਸੰਸਾਰ ਸੁਖੀ ਵਸੀ। ਪਰ ਸ਼ਾਇਦ ਅੱਜ ਅਸੀਂ ਇਹਨਾਂ ਸ਼ਹਾਦਤਾਂ ਨੂੰ ਮਹਿਸੂਸ ਕਰਨ ਤੋਂ ਅਸਮਰੱਥ ਹੋ ਰਹੇ ਹਾਂ। ਤਾਂ ਹੀ ਤਾਂ ਸਾਡੇ ਘਰਾਂ ਵਿੱਚ ਪਤਿਤ ਪੁਣੇ ਅਤੇ ਨਸ਼ਿਆਂ ਦਾ ਵਾਸਾ ਹੋ ਗਿਆ ਹੈ। ਅਸੀਂ ਆਪਣੇ ਧਰਮ ਪ੍ਰਤੀ ਅਕੀਦਤ ਭੇਟ ਕਰਦਿਆਂ ਨੈਤਿਕ ਤੌਰ ਤੇ ਜ਼ਰਾ ਵਿਚਾਰ ਕਰੀਏ ਕਿ ਜਿਨ੍ਹਾਂ ਠੰਡੀਆਂ ਸੀਤ ਰਾਤਾਂ ਵਿੱਚ ਠਰ ਕੇ ਤੇ ਜਿਨ੍ਹਾਂ ਦਿਨਾਂ ਵਿੱਚ ਗੁਰੂ ਜੀ ਦੇ ਸਾਹਿਬਜ਼ਾਦਿਆਂ ਮਾਤਾ ਜੀ ਅਤੇ ਹੋਰ ਬੇਅੰਤ ਸਿੰਘਾਂ ਨੇ ਧਰਮ ਦੀ ਖਾਤਰ ਸ਼ਹੀਦੀਆਂ ਪਾਈਆਂ, ਉਹਨਾਂ ਦਿਨਾਂ ਵਿੱਚ ਸਾਡੇ ਘਰਾਂ ਵਿੱਚ ਖੁਸ਼ੀ ਦੇ ਸਮਾਗਮ ਕਰਵਾਏ ਜਾ ਰਹੇ ਹੋਣ, ਡੀਜੇ ਵੱਜਣ, ਭੰਗੜੇ ਪੈਣ, ਕੀ ਗੁਰੂ ਦੇ ਸਿੱਖਾਂ ਨੂੰ ਇਹ ਗੱਲਾਂ ਸ਼ੋਭਦੀਆਂ ਹਨ? ਜਿਹੜੀਆਂ ਠੰਡੀਆਂ ਸੀਤ ਰਾਤਾਂ ਵਿੱਚ ਮਾਤਾ ਗੁਜਰੀ ਜੀ ਨੇ ਆਪਣੇ ਲਾਲਾ ਨੂੰ ਗੋਦ ਵਿੱਚ ਬਿਠਾ ਕੇ ਧਰਮ ਵਿੱਚ ਪਰਪੱਕ ਰਹਿਣ ਦੀ ਸਿੱਖਿਆ ਦਿੱਤੀ ਹੋਵੇ, ਉਹਨਾਂ ਰਾਤਾਂ ਵਿੱਚ ਅਸੀਂ ਆਪਣੇ ਘਰਾਂ ਵਿੱਚ ਮੰਜਿਆਂ ਉੱਪਰ ਮੋਟੀਆਂ ਰਜਾਈਆਂ ਲੈ ਕੇ ਟੈਲੀਵਿਜ਼ਨ ਅੱਗੇ ਬੈਠ ਕੇ ਆਪਣਾ ਮਨੋਰੰਜਨ ਕਰਦੇ ਹੋਈਏ? ਕੀ ਸਾਡੇ ਕੋਲ ਇਹ ਕੁਝ ਰਹਿ ਗਿਆ ਹੈ ਇਹਨਾਂ ਸ਼ਹੀਦੀ ਸਾਕਿਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ? ਸ਼ਹੀਦੀ ਦੇ ਇਹਨਾਂ ਦਿਨਾਂ ਵਿੱਚ ਸਾਡਾ ਇਹ ਰਵੱਈਆ ਦੇਖ ਕੇ ਕਲਗੀਧਰ ਪਿਤਾ ਜੀ ਦਾ ਹਿਰਦਾ ਵਲੂੰਦ ਰਹਿ ਜਾਂਦਾ ਹੋਵੇਗਾ। ਉਹਨਾਂ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਵੱਲ ਹੀ ਇਸ਼ਾਰਾ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਤਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕੁਝ ਸਿੱਧਕੀ ਗੁਰਸਿੱਖ ਪਰਿਵਾਰ ਅੱਜ ਵੀ ਪੋਹ ਦੀਆਂ ਇਹਨਾਂ ਰਾਤਾਂ ਵਿੱਚ ਪੁੰਜੇ ਹੀ ਸੌਂਦੇ ਹਨ। ਉਹ ਇਣੀ ਦਿਨੀ ਆਪਣੇ ਘਰਾਂ ਵਿੱਚ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਰਦੇ। ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਇਸ ਪਾਸੇ ਵੱਲ ਮੋੜਾ ਪਾਉਣਾ ਪਵੇਗਾ। ਜ਼ਮੀਨ ਤੇ ਸੋਨਾ ਸਿਰ ਵਿੱਚ ਆਪਣੀ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਅਤੇ ਉਹਨਾਂ ਵੱਲੋਂ ਦ੍ਰਿੜਤਾ ਨਾਲ ਗੁਰਮਤ ਵਿਚਾਰਧਾਰਾ ਨੂੰ ਨਿਭਾਉਣ ਵਾਲੇ ਇਸ ਮਹਾਨ ਸਾਕੇ ਦੇ ਵਾਪਰਨ ਦਾ ਅਹਿਸਾਸ ਕਰਾਉਣਾ ਹੈ। ਜਦੋਂ ਅਸੀਂ ਘਰਾਂ ਵਿੱਚ ਇਹਨਾਂ ਰਾਤਾਂ ਨੂੰ ਜ਼ਮੀਨ ਤੇ ਸੋਵਾਂਗੇ ਤਾਂ ਸਾਡੇ ਬੱਚਿਆਂ ਦੇ ਮਨ ਅੰਦਰ ਇਸ ਬਾਰੇ ਸਵਾਲ ਪੈਦਾ ਹੋਵੇਗਾ। ਫਿਰ ਉਹਨਾਂ ਨੂੰ ਅਸੀਂ ਦੱਸਾਂਗੇ ਕਿ ਇਹਨੇ ਦਿਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਬੇਅੰਤ ਸਿੰਘ ਸ਼ਹੀਦ ਹੋਏ ਸਨ। ਛੋਟੇ ਸਾਹਿਬਜ਼ਾਦਿਆਂ ਬਾਰੇ ਦੱਸੀਏ ਕਿ ਕਿਸ ਤਰ੍ਹਾਂ ਇਹਨਾਂ ਰਾਤਾਂ ਵਿੱਚ ਬਿਨਾਂ ਬਿਸਤਰੇ ਅਤੇ ਰਜ਼ਾਈ ਤੋਂ ਗੁਰੂ ਜੀ ਦੇ ਛੋਟੇ ਛੋਟੇ ਲਾਲ ਠੰਡ ਵਿੱਚ ਠੜਦੇ ਰਹੇ ਸਨ। ਜ਼ਾਲਮ ਉਹਨਾਂ ਨੂੰ ਕਹਿੰਦੇ ਸਨ ਕਿ ਤੁਸੀਂ ਆਪਣੇ ਕੇਸ ਕਤਲ ਕਰਵਾ ਕੇ ਮੁਸਲਮਾਨ ਬਣ ਜਾਓ, ਪਰ ਸਾਹਿਬਜ਼ਾਦਿਆਂ ਨੇ ਨਾ ਤਾਂ ਕੇਸ ਕਤਲ ਕਰਵਾਏ ਅਤੇ ਨਾ ਆਪਣਾ ਧਰਮ ਛੱਡਿਆ। ਫਿਰ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਸਾਡੇ ਬੱਚੇ ਇਸ ਮਾਹੌਲ ਨੂੰ ਮਹਿਸੂਸ ਕਰਦੇ ਹੋਏ ਇਹ ਸਾਖੀਆਂ ਸੁਣਨਗੇ ਤਾਂ ਫਿਰ ਯਕੀਨਨ ਉਹਨਾਂ ਦੇ ਕੇਸਾਂ ਉੱਪਰ ਕੈਂਚੀਆਂ ਨਹੀਂ ਚੱਲਣਗੀਆਂ, ਉਹ ਗੁਰਮਤਿ ਆਦਰਸ਼ਾਂ ਦੇ ਧਾਰਨੀ ਬਣਨਗੇ। ਬਸ਼ਰਤੇ ਇਸ ਵਾਸਤੇ ਸਾਨੂੰ ਆਪਣੇ ਘਰਾਂ ਵਿੱਚ ਅਜਿਹਾ ਮਾਹੌਲ ਸਿਰਜਣਾ ਪਵੇਗਾ। ਇਹਨਾਂ ਸ਼ਹੀਦੀ ਪੂਰਵਾਂ ਉੱਪਰ ਇੱਕ ਹੋਰ ਵਤੇਰਾ ਜੋ ਨੌਜਵਾਨਾਂ ਅੰਦਰ ਵੇਖਣ ਨੂੰ ਮਿਲਦਾ ਹੈ ਉਹ ਵੀ ਬੇਹੱਦ ਨਿਰਾਸ਼ਾਜਨਕ ਹੈ। ਨੌਜਵਾਨ ਆਪਣੇ ਟਰੈਕਟਰਾਂ, ਜੀਪਾਂ ਉੱਪਰ ਡੈੱਕ ਲਾ ਕੇ ਗਾਣੇ ਗਾਉਂਦੇ ਅਤੇ ਬੁਲਟ ਮੋਟਰਸਾਈਕਲ ਅਤੇ ਪਟਾਕੇ ਪਾਉਂਦੇ ਹੋਏ ਉਹ ਹੱਲਾ ਮਚਾਉਂਦੇ ਇਹਨਾਂ ਸ਼ਹੀਦੀ ਸਮਾਗਮਾਂ ਮੌਕੇ ਸਰਹੰਦ ਵੱਲ ਜਾਂਦੇ ਹਨ। ਜੇਕਰ ਕੋਈ ਪੁੱਛ ਲਏ ਕਿ ਭਾਈ ਕਿੱਥੇ ਚੱਲੇ ਹੋ ਤਾਂ ਕਹਿੰਦੇ ਹਨ ਕਿ ਅਸੀਂ ਮੇਲਾ ਵੇਖਣ ਚੱਲੇ ਹਾਂ। ਹੁਣ ਵਿਚਾਰ ਕਰਨ ਦੀ ਗੱਲ ਇਹ ਹੈ ਕਿ ਜੇਕਰ ਉਹ ਗੁਰਸਿੱਖ ਨੌਜਵਾਨ ਸਿੱਖੀ ਪਰਿਵਾਰਾਂ ਵਿੱਚੋਂ ਹਨ ਤਾਂ ਕੀ ਅੱਜ ਸਾਡੇ ਗੁਰਸਿੱਖ ਪਰਿਵਾਰ ਵਿੱਚ ਇੰਨਾ ਨਿਗਾਰ ਆ ਗਿਆ ਹੈ ਕਿ ਸਾਡੇ ਘਰਾਂ ਵਿੱਚ ਮਾਤਾ ਪਿਤਾ, ਚਾਚਾ, ਤਾਇਆ, ਦਾਦਾ, ਦਾਦੀ ਕੋਈ ਇਹਨਾਂ ਨੂੰ ਸਮਝਾਉਣ ਵਾਲਾ ਨਹੀਂ ਕਿ ਭਾਈ ਇਹ ਸ਼ਹੀਦੀ ਦਿਹਾੜੇ ਹਨ, ਮੇਲੇ ਨੇ, ਤੁਸੀਂ ਡੈੱਕ ਵਜਾਉਂਦੇ ਨਾ ਜਾਇਓ, ਬਾਣੀ ਪੜ੍ਹਦੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਇਓ। ਸਾਨੂੰ ਇਸ ਪਾਸੇ ਵੀ ਸੋਚਣਾ ਪਵੇਗਾ। ਭਾਈ ਮਨਿੰਦਰ ਜੀ ਸ਼ਰਨਿਕਨ ਵਾਲੇ ਨੇ ਇਸ ਰੁਝਾਨ ਨੂੰ ਮੋੜਾ ਪਾਉਣ ਅਤੇ ਇਹਨਾਂ ਮਹਾਨ ਸ਼ਹਾਦਤਾਂ ਦਾ ਅਹਿਸਾਸ ਕਰਾਉਣ ਲਈ ਬਹੁਤ ਹੀ ਦਿਲ ਟੁੰਬਵੀਆਂ ਕਵਿਤਾਵਾਂ ਗਾਈਆਂ, ਜਿਨ੍ਹਾਂ ਦੇ ਕੁਝ ਸਤਰਾਂ ਇੰਜ ਹਨ। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਜਦ ਹਵਾ ਚੱਲੇਗੀ ਠੰਡੇ ਤਨ ਨੂੰ ਚੰਬਦੀ, ਅਹਿਸਾਸ ਕਰੋ ਉਹ ਮੇਰੀ ਮਾਂ ਹੈ। ਭਾਈ ਸਾਹਿਬ ਦੀ ਇਸ ਕਵਿਤਾ ਨੇ ਕਾਫੀ ਚੇਤਨਾ ਪੈਦਾ ਕੀਤੀ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਸ਼ਹੀਦੀ ਸਮਾਗਮ ਵਿੱਚ ਲੈ ਕੇ ਜਾਈਏ, ਉਹਨਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਈਏ। ਸ਼ਹੀਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਨਾਲ ਸਾਡੇ ਬੱਚਿਆਂ ਅੰਦਰ ਇਹਨਾਂ ਸਾਕਿਆਂ ਪ੍ਰਤੀ ਅਹਿਸਾਸ ਦੀ ਭਾਵਨਾ ਜਾਗੇਗੀ ਅਤੇ ਉਹ ਗੁਰਸਿੱਖੀ ਵਿੱਚ ਪ੍ਰਪੱਕ ਹੋਣਗੇ। ਜਿਹੜਾ ਸਰਹਿੰਦ ਪਹੁੰਚਿਆ ਹੈ ਉਹ ਵੀ ਅਤੇ ਜਿਹੜਾ ਘਰ ਬੈਠਾ ਹੈ ਉਹ ਵੀ, ਹਰੇਕ ਗੁਰਸਿੱਖ ਇਹ ਪੋਹ ਦੀਆਂ ਰਾਤਾਂ ਗੁਰੂ ਜੀ ਦੇ ਲਾਲਾਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਬਿਤਾਵੇ, ਉਹਨਾਂ ਦੀ ਹੋਂਦ ਨੂੰ ਆਪਣੇ ਕੋਲ ਮਹਿਸੂਸ ਕਰੇ। ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦੇ ਹਾਂ ਇਸ ਸ਼ਹਾਦਤ ਦੇ ਆਦਰਸ਼, ਨਾ ਕਿਸੇ ਉੱਪਰ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾ,
ਮਨੁੱਖਤਾ ਦੀ ਸੇਵਾ ਕਰਨੀ, ਜੀਵਨ ਨੂੰ ਪਰਉਪਕਾਰੀ ਬਣਾਉਣਾ ਆਦਿ ਸਤਿਗੁਣਾਂ ਦੇ ਧਾਰਨ ਬਣਨ ਦਾ ਪ੍ਰਣ ਕਰੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੁਆਰਾ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਨਿੱਕਿਆ ਜਿੰਦਾ ਵੱਡਾ ਸਾਕਾ ਅਤੇ ਸਾਕਾ ਚਮਕੌਰ ਸਚਿੱਤਰ ਪੁਸਤਕਾਂ ਪੰਜਾਬੀ ਅਤੇ ਹਿੰਦੀ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਈਆਂ ਗਈਆਂ ਹਨ, ਜੋ ਕਿ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੀਆਂ ਹਨ। ਹਰੇਕ ਗੁਰਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਇਹ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਬੱਚਿਆਂ ਅੰਦਰ ਧਰਮ ਪ੍ਰਤੀ ਦ੍ਰਿੜਤਾ ਪੈਦਾ ਹੋਵੇਗੀ। ਸੂਝਵਾਨ ਰਾਜਨੀਤਿਕਾਂ ਨੂੰ ਵੀ ਇਹਨਾਂ ਸ਼ਹਾਦਤ ਦੇ ਅਦਬ ਸਤਿਕਾਰ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇਹਨਾਂ ਸਾਕਿਆਂ ਸੰਬੰਧੀ ਸਮਾਗਮਾਂ ਵਿੱਚ ਸਿਰਫ ਗੁਰਬਾਣੀ ਅਤੇ ਇਤਿਹਾਸ ਅਤੇ ਇਹਨਾਂ ਮਹਾਨ ਸ਼ਹਾਦਤਾਂ ਦੀ ਗੱਲ ਹੀ ਹੋਣੀ ਚਾਹੀਦੀ ਹੈ। ਸੋ ਇਹ ਸੀ ਇੱਕ ਛੋਟਾ ਜਿਹਾ ਲੇਖ ਜੋ ਕਿ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇਸ ਪਾਵਨ ਜੋ ਦਿਹਾੜੇ ਚੱਲ ਰਿਹਾ ਹੈ ਇਹਨਾਂ ਦਿਨ ਵਿੱਚ ਕਿਵੇਂ ਰਹਿਣਾ ਹੈ ਅਤੇ ਕਿਵੇਂ ਅਸੀਂ ਆਲੇ ਦੁਆਲੇ ਵਿੱਚ ਜਾਂ ਆਪਣੇ ਬੱਚਿਆਂ ਨੂੰ, ਗੁਆਂਢੀਆਂ ਨੂੰ ਜਾਂ ਹੋਰ ਦੋਸਤ ਮਿੱਤਰਾਂ ਨੂੰ ਕਿਵੇਂ ਸਮਝਾਉਣਾ ਕਿ ਅਸੀਂ ਇਸ ਦਿਨਾਂ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ। ਸੋ ਆਓ ਸਾਰੇ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਈਏ ਤਾਂ ਕਿ ਅਸੀਂ ਉਹਨਾਂ ਦੀ ਸ਼ਹੀਦੀ, ਉਹਨਾਂ ਦੇ ਆਦਰਸ਼ਾਂ ਨੂੰ ਅਸੀਂ ਅਪਣਾ ਸਕੀਏ, ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਹਨਾਂ 'ਤੇ ਚੱਲ ਸਕੀਏ। ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।